ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇਜਪ੍ਰੀਤ ਟਾਕਸ ਤੇ। ਸੋ ਧੰਨਵਾਦ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਚੈਨਲ ਨੂੰ ਇੰਨਾ ਪਿਆਰ ਦਿੰਦੇ ਹੋ। ਅੱਜ ਜਿਹੜੇ ਇਨਸਾਨ ਦੀ ਮੈਂ ਤੁਹਾਨੂੰ ਕਹਾਣੀ ਸੁਣਾਉਣ ਲੱਗਿਆ, ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਆ, ਗਲਤੀਆਂ ਕਾਫੀ ਹੋਣਗੀਆਂ। ਉਹਦਾ ਰੀਜ਼ਨ ਇਹ ਹੈਗਾ ਕਿ ਉਹ ਇਨਸਾਨ ਬਹੁਤ ਜਾਣੀ ਕਿ ਉਹਦਾ ਸਿੱਖ ਸੰਘਰਸ਼ ਦੇ ਵਿੱਚ ਵੱਡਾ ਰੋਲ ਆ, ਤੇ ਕਹਾਣੀਆਂ ਉਹਦੇ ਐਕਸ਼ਨ ਇੰਨੇ ਕਾ ਵੀ ਜੇ ਮਤਲਬ ਪੂਰਾ ਉਹਦੇ ਮੂੰਹੋਂ ਸੁਣੀਏ ਜਾਂ ਉਹਨਾਂ ਬਾਰੇ ਗੱਲਾਂ ਕਰਨ ਲੱਗੀਏ ਤਾਂ ਘੱਟ ਤੋਂ ਘੱਟ ਘੰਟੇ 2 ਘੰਟਿਆਂ ਦੀ ਬਣ ਜਾਣੀ ਹੈਗੀ ਇਹ ਸਟੋਰੀ। ਪਰ ਆਪਾਂ ਤੁਹਾਨੂੰ ਉਹਨਾਂ ਦੇ ਕੁਛ ਐਕਸ਼ਨਾਂ ਬਾਰੇ ਦੱਸਦੇ ਹਾਂ, ਉਹਨਾਂ ਦੇ ਕੀਤੇ ਕੰਮਾਂ ਬਾਰੇ ਦੱਸਦੇ ਹਾਂ, ਤੇ ਲਾਸਟ ਦੇ ਵਿੱਚ ਇੱਕ ਮੈਸੇਜ ਵੀ ਦੇਵਾਂਗੇ ਜਿਹਦਾ ਤੁਸੀਂ ਮੈਸੇਜ ਦਾ ਧਿਆਨ ਰੱਖਣਾ ਗਾ। ਮਨਜਿੰਦਰ ਸਿੰਘ ਈਸੀ ਤੇ ਉਰਫ ਭੂਸਣ ਦੇ ਨਾਂ ਨਾਲ ਜਾਣਿਆ ਜਾਂਦਾ ਸੀਗਾ, ਤੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਦੀ ਸੱਜੀ ਬਾਂਹ ਸੀਗੀ। ਸੰਨ 1984 ਦੇ ਹਰਿਮੰਦਰ ਸਾਹਿਬ ਤੇ ਜਦੋਂ ਹਮਲਾ ਹੋਇਆ ਸੀ, ਉਸ ਤੋਂ ਬਾਅਦ ਇਹਨਾਂ ਤੇ ਵੀ ਮਨ ਨੂੰ ਠੇਸ ਪਹੁੰਚੀ ਸੀਗੀ, ਕਿਉਂਕਿ ਇਹਨਾਂ ਦੀ ਵੀ ਜਿਹੜੀ ਵਿਚਾਰਧਾਰਾ ਸੀ ਉਹ ਸੰਤਾਂ ਦੀ ਵਿਚਾਰਧਾਰਾ ਦੇ ਨਾਲ ਹੀ ਰਲਦੀ ਮਿਲਦੀ ਸੀ, ਪਰ ਇਹ ਕਿਸੇ ਮਜਬੂਰੀਆਂ ਦੇ ਕਾਰਨ ਇਹਨਾਂ ਦੀ ਜਿਹੜੀ ਮੁਲਾਕਾਤ ਸੀ ਉਹ ਸੰਤਾਂ ਨਾਲ ਨਹੀਂ ਹੋ ਸਕੀ। ਮਜਬੂਰੀ ਕੀ ਸੀ? ਪਰਿਵਾਰ ਦੀ ਮਜਬੂਰੀ, ਪਰ ਸੰਤਾਂ ਨਾਲ ਸਿੰਪਤੀ ਇਹਨਾਂ ਨੂੰ ਵੀ ਉਨੀ ਹੋਈ ਸੀਗੀ। ਪਰ ਇਹਨਾਂ ਦੀ ਜਿਹੜੀ ਜਿਵੇਂ ਕਹਿ ਲਓ ਵੀ ਯਾਰੀ ਦੋਸਤੀ ਜਾਂ ਮਿੱਤਰਤਾ ਜਾਂ ਸਰਕਲ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਨਾਲ ਪਹਿਲਾਂ ਤੋਂ ਹੀ ਸੀਗਾ, ਇਸ ਸੰਘਰਸ਼ ਦੇ ਜਾਣ ਤੋਂ ਪਹਿਲਾਂ ਤੋਂ ਹੀ। ਠੀਕ ਵਧੀਆ ਸਰਦੇ ਵਰਦੇ ਘਰੋਂ ਸੀਗੇ। 1985 ਦੇ ਵਿੱਚ ਇਹ ਅਰੈਸਟ ਹੁੰਦੇ ਹੈਗੇ ਪਹਿਲੀ ਵਾਰ, ਵੀ ਇਹ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਉਦੋਂ ਬਾਅਦ ਦਰਬਾਰ ਸਾਹਿਬ ਗਏ ਆ, ਚੱਲ ਹੁੰਦੇ ਅਰੈਸਟ ਹੁੰਦੇ ਆ, ਬਾਹਰ ਆ ਜਾਂਦੇ ਹੈਗੇ। ਚਲੋ ਏਦਾਂ ਹੀ ਸਿੱਖ ਸੰਘਰਸ਼ ਦੇ ਕਈ ਬੰਦੇ ਉਹ ਟਾਈਮਾਂ ਦੇ ਵਿੱਚ ਇਹਨਾਂ ਕੋਲੇ ਠਹਿਰ ਕੱਟ ਕੇ ਵੀ ਜਾਂਦੇ ਰਹੇ ਆ, ਕਿਉਂਕਿ ਉਹ ਆਮ ਹੀ ਪਿੰਡਾਂ ਦੇ ਵਿੱਚ ਜਦੋਂ ਜਾਂਦੇ ਹੁੰਦੇ ਸੀਗੇ। ਪਰ ਮਨਜਿੰਦਰ ਸਿੰਘ ਈਸੀ ਸਿਰਫ ਉਦੋਂ ਆਪਣਾ ਬਸ ਘਰੇਲੂ ਜਿਵੇਂ ਆਪਾਂ ਆਮ ਨੋਰਮਲ ਜ਼ਿੰਦਗੀ ਆਪਦੀ ਜਿਉਂਦੇ ਹੁੰਦੇ ਸੀਗੇ, ਜਿਵੇਂ ਆਪਾਂ ਆਮ ਜ਼ਿੰਦਗੀ ਜਿਉਂਦੇ ਹੋ। 86 ਦੇ ਵਿੱਚ ਇਹ ਪੁਲਿਸ ਦੇ ਵਿੱਚ ਵੀ ਭਰਤੀ ਹੁੰਦੇ ਹੈਗੇ, ਪਰ ਪੁਲਿਸ ਦੇ ਵਿੱਚ ਭਰਤੀ ਹੋਣ ਬਹੁ ਇਹਨਾਂ ਨੂੰ ਪਸੰਦ ਨਹੀਂ ਹੁੰਦੀ ਨੌਕਰੀ, ਇਹ ਛੱਡ ਦਿੰਦੇ ਆ। ਤੇ ਇਹ ਉਸ ਤੋਂ ਬਾਅਦ ਇਹ ਹੋ ਜਾਂਦੇ ਹੈਗੇ ਭਰਤੀ ਆਰਮੀ ਦੇ ਵਿੱਚ। ਆਰਮੀ ਦੇ ਵਿੱਚ ਭਰਤੀ ਹੋਣ ਤੋਂ ਬਾਅਦ 87 ਦੇ ਵਿੱਚ ਇਹ ਆਪਣੇ ਘਰ ਆਉਂਦੇ ਹੈਗੇ ਛੁੱਟੀ, ਕੋਈ ਇਹਨਾਂ ਨੂੰ ਮੈਡਲ ਮਿਲਿਆ ਹੁੰਦਾ ਹੈਗਾ, ਉੱਥੇ ਨਿਸ਼ਾਨਾ ਇਹਨਾਂ ਦਾ ਬਹੁਤ ਵਧੀਆ ਹੁੰਦਾ ਹੈਗਾ, ਤੇ ਉੱਥੋਂ ਬਸ ਇੱਕ ਹਫ਼ਤੇ ਦੀ ਇਹਨਾਂ ਨੂੰ ਛੁੱਟੀ ਮਿਲਦੀ ਆ, ਤੇ ਹਫ਼ਤੇ ਦੀ ਛੁੱਟੀ ਆ ਘਰ ਨੂੰ ਆਉਂਦੇ ਹੈਗੇ ਵਾਪਸ। ਹੁਣ ਤੁਸੀਂ ਦੇਖੋ ਵੀ ਬੰਦੇ ਦੀ ਜ਼ਿੰਦਗੀ ਮੋੜ ਕਿਵੇਂ ਘਟਦੀ ਆ। ਤੇ ਇਹਨਾਂ ਦੇ ਘਰ ਆਉਣ ਤੋਂ ਕੁਛ ਦਿਨ ਬਾਅਦ ਇਹਨਾਂ ਨੂੰ ਪੁਲਿਸ ਚੱਕ ਕੇ ਲੈ ਜਾਂਦੀ ਹੈਗੀ, ਸੁਮੇਧ ਸੈਣੀ। ਜਦੋਂ ਚੱਕ ਕੇ ਲੈ ਜਾਂਦਾ ਗਾ, ਕੁੱਟਮਾਰ ਕਰਦਾ, ਤਸ਼ੱਦਦ ਕਰਦਾ ਗਾ, ਕਿਸੇ ਇੱਕ ਔਰਤ ਦੇ ਕਹਿਣ ਤੇ ਵੀ ਇਹਨਾਂ ਕੋਲੇ ਖਾੜਕੂ ਸਿੰਘ ਆ ਜਿਹੜੇ ਉਹ ਠਹਿਰਾਂ ਕੱਟਦੇ ਰਹੇ ਹੈਗੇ। ਤੇ ਭਾਈ ਮਨਜਿੰਦਰ ਸਿੰਘ ਈਸੀ ਉਹਨਾਂ ਨੂੰ ਕਹਿੰਦਾ ਗਾ ਵੀ ਪਹਿਲਾਂ ਦੀਆਂ ਗੱਲਾਂ ਜੋ ਹੋ ਗਈਆਂ ਕਰ ਗਈਆਂ, ਵੀ ਮੈਂ ਵਧੀਆ ਆਪਦੀ ਹੁਣ ਨੌਕਰੀ ਕਰਦਾ ਗਾ ਆਰਮੀ ਦੀ, ਵੀ ਤੁਸੀਂ ਕੀ ਲੈਣਾ ਇਹ ਗੱਲਾਂ ਤੋਂ। ਤੇ ਇਹਨਾਂ ਨੂੰ ਫੋਰਸ ਕੀਤਾ ਜਾਂਦਾ ਗਾ ਵੀ ਤੂੰ ਸਾਡਾ ਕੈਟ ਬਣ, ਜਿਹਨੂੰ ਆਪਾਂ ਟੌਟ ਕਹਿ ਦਿੰਦੇ ਹਾਂ, ਵੀ ਟੌਟ ਬਣ, ਬੰਦੇ ਚੁਕਾ, ਬੰਦੇ ਚੁਕਾ ਤੇ ਅਸੀਂ ਬੰਦੇ ਮਾਰਾਂਗੇ। ਤੇ ਮਨਜਿੰਦਰ ਸਿੰਘ ਈਸੀ ਉਹਨਾਂ ਨੂੰ ਇਹ ਕਹਿਣ ਦਾ ਵੀ ਤੁਸੀਂ ਮੈਨੂੰ ਹੀ ਮਾਰ ਦਿਓ, ਉਹਨਾਂ ਨੂੰ ਕਿਉਂ ਮਾਰੂੰਗੇ, ਕਿਉਂਕਿ ਜਿਹੜੀ ਉਹਨਾਂ ਦੀ ਮਾਵਾਂ ਨੇ ਕੀਰਨੇ ਪਾਉਣੇ ਆਗੇ ਵੀ ਕਿਹੜੇ ਨੇ ਸਾਡਾ ਪੁੱਤ ਮਰਵਾਤਾ, ਵੀ ਉਹਦੇ ਨੂੰ ਚੰਗਾ ਤੁਸੀਂ ਮੈਨੂੰ ਹੀ ਮਾਰ ਦਿਓ, ਕੋਈ ਨੀ ਮੇਰੀ ਮਾਂ 4 ਦਿਨ ਕੀਰਨੇ ਪਾ ਕੇ ਹਟ ਜਾਊਗੀ। ਲੁਧਿਆਣੇ CI ਸਟਾਫ ਦੇ ਵਿੱਚ 2 ਮਹੀਨੇ ਮਨਜਿੰਦਰ ਸਿੰਘ ਈਸੀ ਤੇ ਪੂਰਾ ਤਸ਼ੱਦਦ ਹੁੰਦਾ ਗਾ, ਜਿੰਨਾ ਕਹਿ ਦਿਓ। ਉਸ ਤੋਂ ਬਾਅਦ ਇਹਨਾਂ ਦੇ 25-54 ਇੱਕ ਧਾਰਾ ਹੋਰ ਲਾ ਕੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਗਾ। ਤੁਸੀਂ ਇਹ ਦੇਖੋ ਵੀ ਇੱਕ ਆਰਮੀ ਵਾਲਾ ਬੰਦਾ ਜੋਬ ਕਰਦਾ ਸਰਕਾਰੀ, ਜਦੋਂ ਜੇਲ੍ਹ ਚਲਿਆ ਜਾਂਦਾ ਗਾ ਤੇ 2 ਕੁ ਮਹੀਨੇ ਇਹਨਾਂ ਦੇ ਜੇਲ੍ਹ 'ਚ ਲੱਗਦੇ ਆ। ਜੇਲ੍ਹ 'ਚ ਲੱਗਣ ਤੋਂ ਬਾਅਦ 4 ਮਹੀਨੇ ਤੋਂ ਬਾਅਦ ਜਦੋਂ ਵਾਪਸ ਆ ਜਾਂਦੇ ਆ, ਫਿਰ ਵਾਪਸ ਇਹ ਨਾ ਫੌਜ 'ਚ ਜਾਂਦੇ ਆ, ਦੁਬਾਰੇ ਨਾ ਘਰੇ ਜਾਂਦੇ ਆ, ਫਿਰ ਸਿੱਧਾ ਇਹਨਾਂ ਦੇ ਰਿਲੇਸ਼ਨ ਤਾਂ ਪਹਿਲਾਂ ਹੀ ਹੁੰਦੇ ਆ ਭਾਈ ਸਾਹਿਬ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਨਾਲ ਇਹ ਮਤਲਬ ਚੜ ਜਾਂਦੇ ਹੈਗੇ, ਪੱਕੇ ਤੌਰ 'ਤੇ ਚਲੇ ਜਾਂਦੇ ਹੈਗੇ। ਹੁਣ ਗੱਲ ਆ, ਹੁਣ ਮੈਂ ਦੱਸਦਾਗਾ ਵੀ ਜਿਹੜੀ ਮਨਜਿੰਦਰ ਸਿੰਘ ਈਸੀ ਨੇ ਜਿਹੜੀ ਨਵੀਂ ਪਿਰਤ ਪਾਈ ਸੀਗੀ, ਮਤਲਬ ਨਵੀਂ ਇੱਕ ਕਹਿ ਲਓ ਵੀ ਇੱਕ ਤਕਨੀਕ ਚਲਾਈ ਸੀਗੀ,
ਉਹਨਾਂ ਉਹਨਾਂ ਬੰਦਿਆਂ ਦੀ ਮੈਂ ਇਹ ਸਟੋਰੀਆਂ ਪਾਉਂਗਾ, ਚਾਹੇ ਇਹ ਨਹੀਂ ਵੀ ਇਕੱਲੇ ਸਿੱਖਾਂ ਦੀ, ਚਾਹੇ ਕੋਈ ਸਿੱਖ ਵੀਰ ਆ, ਚਾਹੇ ਕੋਈ ਹਿੰਦੂ ਵੀਰ ਵੀ ਹੈਗਾ ਜਿਹਨੇ, ਠੀਕ ਹੈ, ਆਪਣੇ ਪੰਜਾਬ 'ਚ ਜਿਹੜਾ ਬੰਦਾ ਨਿੱਜ ਲਈ ਨਹੀਂ ਲੜਿਆ, ਠੀਕ ਹੈ। ਹੁਣ ਕਈ ਬੰਦੇ ਇੱਦਾਂ ਦੇ ਆ, ਮੈਂ ਸ਼ੁਰੂ ਕਰਨ ਤੋਂ ਪਹਿਲਾਂ ਕੁਛ ਗੱਲਾਂ ਮੈਂ ਦੱਸ ਦਾਂਗਾ ਵੀ ਧੱਕੇ ਮਾਰ ਕੇ ਉਹ ਬਾਬੇ ਫੇਸਬੁੱਕ 'ਤੇ ਪਾ ਦਿੰਦੇ ਆ, ਫੇਸਬੁੱਕ 'ਤੇ ਲਾਈਵ ਹੋ ਜਾਂਦੇ ਹੈਗੇ ਜਦੋਂ ਮਾੜਾ ਜਿਹਾ ਕੋਈ ਸਿਸਟਮ ਹੁੰਦਾ, ਉਹ ਤੋਂ ਬਾਅਦ ਤੁਹਾਨੂੰ ਪਤਾ ਹੀ ਹੈਗਾ ਫਿਰ ਲਾਈਵ 'ਤੇ ਆ ਕੇ ਚੀਕਾਂ, ਠੀਕ ਆ, ਜਾਂ ਫਿਰ ਕਹਿੰਦੇ ਸਾਡੀ ਜਮਾਨ ਦਾ ਰਿਜੈਕਟ ਹੋ ਗਈ, ਠੀਕ ਹੈ, ਅਤੇ ਬਾਕੀ ਤੇਰੇ ਮੇਰੇ ਵਰਗੇ ਰਗੜੇ ਜਾਂਦੇ। ਹੁਣ ਇਹਨਾਂ ਦੀ ਸਟੋਰੀ ਮੈਂ ਕਿਉਂ ਪਾਈ ਆ ਭਾਈ ਸਾਹਿਬ ਦੀ, ਤੁਸੀਂ ਇਹ ਦੇਖੋ ਵੀ ਇਹਨਾਂ ਦਾ ਸੰਘਰਸ਼ ਕਿੱਡਾ ਗਾ ਅਤੇ ਇਹਨਾਂ ਨੇ ਐਕਸ਼ਨ ਕੀ ਕੀਤੇ ਆ। ਫਿਰ ਜਦੋਂ 87 ਦੇ ਵਿੱਚ ਪੱਕੇ ਭਾਈ ਗੁਰਨਾਨਕ ਸਿੰਘ ਬੁੱਧ ਸਿੰਘ ਵਾਲੇ ਨਾਲ ਚਲੇ ਜਾਂਦੇ ਹੈਗੇ ਅਤੇ ਇਹ ਇੱਕ ਨਵੀਂ ਪਿਰਤ ਪਾਉਂਦੇ। ਨਵੀਂ ਪਿਰਤ ਕੀ ਪਾਉਂਦੇ ਆ ਵੀ ਜੇ ਕੋਈ ਆਪਣਾ ਬੰਦਾ ਚੱਕਿਆ ਜਾਂਦਾ, ਪੁਲਿਸ ਨੇ ਚੱਕ ਲੈਂਦੀ ਹੈਗੀ, ਠੀਕ ਹੈ, ਵੀ ਆਪਾਂ ਪੁਲਿਸ ਵਾਲਿਆਂ ਦਾ ਬੰਦਾ ਚੱਕ ਲਿਆ ਕਰਾਂਗੇ, ਵੀ ਆਪਾਂ ਕਿਸੇ ਨੂੰ ਇਹ ਨਹੀਂ ਹੈਗਾ ਵੀ ਅਸੀਂ ਨਜਾਇਜ਼ ਮਾਰਾਂਗੇ, ਜੇ ਆਪਣਾ ਬੰਦਾ ਉਹ ਮਾਰਦੇ ਨਹੀਂ ਚੱਕਦੇ ਤਾਂ ਆਪਾਂ ਉਹਨਾਂ ਦਾ ਬੰਦਾ ਚੱਕ ਕੇ ਆਪਾਂ ਬੰਦਾ ਛਡਾਉਣੇ ਆ। ਅਤੇ ਇਹਨਾਂ ਦਾ ਜਿਹੜਾ ਨਾਮ ਹੁੰਦਾ ਸੀਗਾ ਉਹ ਕੱਚਾ ਨਾਮ ਭੂਸਣ ਸੀਗਾ, ਉਹ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਨੇ ਇਹਨਾਂ ਦੇ ਨਾਂ ਨਾਲ ਨਾਂ ਲਾਇਆ ਸੀਗਾ। ਬਹੁਤ ਸਾਲ ਤਾਂ ਸਰਕਾਰ ਨੂੰ, ਪੁਲਿਸ ਨੂੰ, ਮੁਲਾਜ਼ਮਾਂ ਨੂੰ ਇਹੀ ਨਹੀਂ ਸੀ ਪਤਾ ਲੱਗਿਆ ਵੀ ਮਨਜਿੰਦਰ ਈਸੀ ਕੌਣ ਆ, ਭੂਸਣ ਕੌਣ ਆ। ਅਤੇ ਜਿਹੜੇ ਇਹਨਾਂ ਦੇ ਉਹ ਟਾਈਮ ਦੇ ਫਿਰ ਜਿਹੜੇ ਇਹਨਾਂ ਨੇ ਕਾਗਜ਼ ਪੱਤਰ ਆਪਦੀਆਂ ਜਿਹੜੀਆਂ ਆਈਡੈਂਟੀਆਂ ਬਣਾ ਲਈਆਂ ਸੀਗੀਆਂ, ਉਹ ਆਈਡੈਂਟੀਆਂ ਇਹਨਾਂ ਨੇ ਆਪਦੇ ਮਹਿੰਦਰ ਕੁਮਾਰ ਦੇ ਨਾਂ 'ਤੇ ਬਣਾਈਆਂ ਸੀ, ਕਿਉਂਕਿ ਤੁਸੀਂ ਇਹਨਾਂ ਦੇ ਮੂੰਹੋਂ ਸੁਣ ਸਕਦੇ ਹੋ। ਇਹਨਾਂ ਨੇ ਇਹ ਗੱਲ ਕਹੀ ਹੈ ਵੀ ਜਿਹੜਾ ਬੰਦਾ ਕੋਈ ਵੀ ਸੰਘਰਸ਼ ਲੜੂ ਜਾਂ ਲੜਨਾ ਚਾਹੁੰਦਾ ਹੈਗਾ, ਉਹ ਬੰਦਾ ਜਿੰਨੀ ਆਪਦੀ ਪ੍ਰਾਈਵੇਸੀ ਆਈਡੈਂਟੀ ਹਾਈਡ ਰੱਖੂ, ਲੁਕੋ ਕੇ ਰੱਖੂ, ਓਨਾ ਹੀ ਵਧੀਆ। ਕਿਉਂਕਿ ਅੱਜ ਮਾੜੇ ਜਿਹੇ ਨਾਲ ਆਪਣੀ, ਤੁਹਾਨੂੰ ਪਤਾ ਵੀ ਲੋਕ ਖੁੱਲ੍ਹ ਜਾਂਦੇ ਆ ਕਿ ਹਵਾ 'ਚ ਫੁੱਲ ਜਾਂਦੇ ਆ ਕਿ ਉਹਨਾਂ ਕੰਮ, ਮਤਲਬ ਕੰਮ ਕਰਨਾ ਨਹੀਂ ਹੁੰਦਾ, ਪਹਿਲਾਂ ਹੀ ਭਾਂਡਾ ਫੁੱਟ ਜਾਂਦਾ ਹੈਗਾ। ਹੁਣ ਇਹਨਾਂ ਨੇ ਜਿਹੜੇ ਕੰਮ ਕੀਤੇ, ਕੰਮ ਇਹਨਾਂ ਨੇ ਕੀਤੇ, ਮੈਂ ਸਿਰਫ ਇਹਨਾਂ ਦੇ ਦੋ ਤਿੰਨ ਕੰਮਾਂ ਬਾਰੇ ਦੱਸੂੰਗਾ। ਇਹਨਾਂ ਨੇ ਜ਼ਿਆਦਾਤਰ ਜਿਹੜੇ ਇਹਨਾਂ ਦੇ ਜੱਫੇ ਹੈਗੇ ਉਹ ਮੁਲਾਜ਼ਮਾਂ ਨਾਲ ਹੀ ਪਏ ਹੈਗੇ, ਕਿਉਂਕਿ ਜਿਹੜੇ ਜਿਹੜੇ ਮੁਲਾਜ਼ਮਾਂ ਨੇ ਉਦੋਂ ਤਸ਼ੱਦਦ ਲੋਕਾਂ 'ਤੇ ਕੀਤਾ ਸੀਗਾ। ਜਿਵੇਂ ਇੱਕ ਮੁਲਾਜ਼ਮ ਸੀਗਾ ਸੋਢਾ, ਉਹਦਾ ਨਾਂ ਸੋਢਾ ਕਿਉਂ ਸੀਗਾ, ਉਹ ਜਿਹੜੇ ਆਪਣੇ ਪੰਜਾਬ 'ਚ ਮੁੰਡੇ ਚੱਕਦਾ ਸੀ, ਬਜ਼ੁਰਗ ਚੱਕਦਾ ਸੀ, ਉਹਨੂੰ ਉਹ ਜਿਹੜੇ ਜਿਹਨੂੰ ਆਪਾਂ ਸੋਢਾ ਕਹਿ ਦਿੰਦੇ ਹਾਂ, ਬੋਤਲ ਹੁੰਦੀ ਆ ਕੰਚ ਦੀ ਸੋਢੇ ਦੀ, ਉਹ ਉਹਦੇ 'ਤੇ ਬਿਠਾ ਦਿੰਦਾ ਸੀਗਾ ਵੀ ਮਤਲਬ ਤੁਸੀਂ ਆਪ ਹੀ ਸਮਝਦਾਰ ਹੋਵੋਗੇ ਵੀ ਉਹਨੂੰ ਸੋਢਾ ਕਹਿੰਦਾ ਸੀ, ਫਿਰ ਉਹਦਾ ਸੋਧਾ ਲਾਇਆ ਸੀ ਇਹਨਾਂ ਨੇ। ਅਤੇ ਇਹਨਾਂ ਦਾ ਹੁਣ ਤੁਹਾਨੂੰ ਮੈਂ ਦੱਸਦਾ ਵੀ ਇਹਨਾਂ ਨੇ ਕੀ ਕੀਤਾ ਸੀ। ਸਭ ਤੋਂ ਵੱਡਾ ਕੰਮ ਜਿਹੜਾ ਇਹਨਾਂ ਨੇ ਕੀਤਾ ਸੀਗਾ, ਜਦੋਂ ਭਾਈ ਜਿੰਦਾ ਸੁੱਖਾ ਫੜੇ ਗਏ ਸੀਗੇ, ਇਹਨਾਂ ਨੇ ਭਾਈ ਜਿੰਦਾ ਸੁੱਖਾ ਨੂੰ ਸੁਣਾਉਣ ਲਈ ਅਰਮਾਨੀਆ ਦਾ ਰਾਜਦੂਤ ਚੱਕਿਆ ਸੀ, ਜਿਹਦਾ ਨਾਮ ਸੀ ਰਾਡੂ। ਮੈਂ ਫੋਟੋ ਵੀ ਨਾਲ ਲਾਈ ਹੈਗੀ। ਅਤੇ ਇਹਨਾਂ ਨੇ ਰਾਡੂ ਕਿਵੇਂ ਚੱਕਿਆ ਸੀਗਾ ਉਹ ਤੁਹਾਨੂੰ ਮੈਂ ਸਾਰੀ ਕਹਾਣੀ ਸੁਣਾਉਣਾਗਾ। 9 ਸਤੰਬਰ 1991 ਨੂੰ ਚੱਕਿਆ ਸੀਗਾ ਇਹ ਇਹਨਾਂ ਨੇ ਅਰਮਾਨੀਆ ਦਾ ਜਿਹੜਾ ਰਾਡੂ ਅਗਵਾ ਕੀਤਾ ਸੀ। ਉਦੋਂ ਕੁਛ ਮਹੀਨੇ ਪਹਿਲਾਂ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਦੇ ਕਹਿਣ 'ਤੇ ਦਿੱਲੀ ਮਨੋਹਰ ਸਿੰਘ ਧੀਰਾ, ਦਿਆ ਸਿੰਘ ਲਾਹੌਰੀਆ, ਡਾਕਟਰ ਪ੍ਰੀਤਮ ਸਿੰਘ ਸੇਖੋਂ ਇਹ ਜਾਂਦੇ ਹੁੰਦੇ ਆ ਕਿ ਰਾਡੂ ਨੂੰ ਅਗਵਾ ਕਰਨ ਦਿੱਲੀ। 2-3 ਮਹੀਨੇ ਉੱਥੇ ਰਹਿੰਦੇ ਆ, ਕਿਸੇ ਕਾਰਨਾਂ ਕਰਕੇ ਕੁਛ ਬੰਦੇ ਵਾਪਸ ਆ ਜਾਂਦੇ ਆ, ਮਤਲਬ ਉੱਥੇ ਗੱਲ ਨਹੀਂ ਬਣਦੀ ਇਹਨਾਂ ਤੋਂ। ਫਿਰ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਜਿਹੜਾ ਡਿਊਟੀ ਲਾਉਂਦਾ ਹੈਗਾ ਮਨਜਿੰਦਰ ਸਿੰਘ ਈਸੀ ਦੀ, ਵੀ ਤੂੰ ਜਾ, ਤੂੰ ਹੀ ਇਹ ਕੰਮ ਨੂੰ ਸਫਲ ਕਰੇਗਾ। ਮਨਜਿੰਦਰ ਸਿੰਘ ਈਸੀ ਜਾਂਦਾ ਉੱਥੇ, ਭੂਸਣ ਕਹਿੰਦੇ ਆ ਜਿਹਨੂੰ, ਤੇ ਦਿੱਲੀ ਜਾ ਕੇ ਉੱਥੇ ਦੇਖਦੇ ਆ ਵੀ ਕਿਵੇਂ ਕੰਮ ਕਰਨਾ, ਕੀ ਸਿਸਟਮ ਕਰਨਾ ਗਾ। ਇਹਨਾਂ ਦੇ ਦੇਖਣ ਤੋਂ ਬਾਅਦ ਇਹ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਇੱਥੇ ਕਾਫੀ ਪੈਸੇ ਦੀ ਲੋੜ ਪੈਣੀ ਆ ਤੇ ਕਾਫੀ ਠਹਿਰਾਂ ਦੀ ਲੋੜ ਪੈਣੀ ਆ, ਕਿਉਂਕਿ ਦਿੱਲੀ ਕਿਹੜਾ ਛੋਟਾ ਗਾ ਵੀ ਜਦੋਂ ਰੱਡ ਨੂੰ ਕਿਡਨੈਪ ਕਰਕੇ ਲਿਆਉਣਾ, ਕਿਸੇ ਵੀ ਰਾਹ ਲਿਜਾਣਾ ਗਾ ਆਪਾਂ, ਵੀ ਚਾਰੇ ਪਾਸੇ ਆਪਣੇ ਠਿਕਾਣੇ ਹੋਣੇ ਚਾਹੀਦੇ, ਵੀ ਜਿਹੜਾ ਟਿਕਾਣਾ ਆਪਾਂ ਨੂੰ ਈਜ਼ੀ ਲੱਗੇ ਆਪਾਂ ਉਹ 'ਚ ਜਾ ਕੇ ਵੜ ਜਾਈਏ। ਅਤੇ ਉੱਥੋਂ ਫਿਰ ਕੀ ਕਹਿੰਦੇ ਆ, ਉੱਥੋਂ ਬੰਦਿਆਂ ਨੂੰ ਵਾਪਸ ਭੇਜਦੇ ਆ ਪੰਜਾਬ ਵੀ ਤੁਸੀਂ ਪੈਸੇ ਲੈ ਕੇ ਆਓ, ਉਦੋਂ ਬਾਅਦ ਆਪਾਂ ਸੰਦ ਸੰਦੇੜੇ ਜਿਹੜੇ ਜੋ ਵੀ ਆਪਾਂ ਇਕੱਠੇ ਕਰਾਂਗੇ, ਵੀ ਲੋੜ ਆਪਾਂ ਨੂੰ ਪੈਸੇ ਦੀ ਕਾਫੀ ਪੈਣੀ ਆ। ਪਰ ਪੰਜਾਬ ਪੈਸੇ ਲੈਣ ਇਹਨਾਂ ਦੇ ਕਹਿਣ ਦਾ ਤੂਰ ਬਣਜਾਰੇ ਤੋਂ ਤਾਰੀ ਆਉਂਦਾ ਗਾ ਅਤੇ ਉਹ ਪੈਸੇ ਲੈਣ ਆਇਆ ਵਾ ਪੰਜਾਬ, ਉਹਦਾ ਪੁਲਿਸ ਨਾਲ ਮੁਕਾਬਲਾ ਹੋ ਜਾਂਦਾ ਗਾ, ਪੁਲਿਸ ਮੁਕਾਬਲੇ 'ਚ ਉਹ ਸ਼ਹੀਦ ਹੋ ਜਾਂਦਾ ਗਾ, ਉਹਦੇ ਨਾਲ ਡਾਕਟਰ ਹਰੀ ਸਿੰਘ ਹੁੰਦਾ ਗਾ। ਪਰ ਡਾਕਟਰ ਹਰੀ ਸਿੰਘ ਫਿਰ ਦਿੱਲੀ ਵਾਪਸ ਆ ਜਾਂਦਾ, ਸਾਰਾ ਘਟਨਾਕ੍ਰਮ ਦੱਸਦਾ ਮਨਜਿੰਦਰ ਸਿੰਘ ਈਸੀ ਨੂੰ ਵੀ ਆਹ ਸਿਸਟਮ ਹੋ ਗਿਆ। ਫਿਰ ਮਨਜਿੰਦਰ ਸਿੰਘ ਈਸੀ ਆਪ ਪੰਜਾਬ ਆਉਂਦਾ ਗਾ। ਮਨਜਿੰਦਰ ਸਿੰਘ ਈਸੀ ਪੰਜਾਬ ਆ ਕੇ
ਆਪ ਕੁਛ ਪੈਸੇ ਇਕੱਠੇ ਕਰਦਾ ਕੁਛ ਆਪਦੇ ਸੱਜਣਾ ਮਿੱਤਰਾਂ ਨੂੰ ਕਹਿੰਦਾ ਹੈਗਾ ਤੇ ਤਕਰੀਬਨ 50 ਲੱਖ ਉਸ ਟਾਈਮ ਦੇ ਵਿੱਚ ਪੈਸੇ ਇਕੱਠੇ ਕਰਕੇ ਦਿੱਲੀ ਚਲਿਆ ਜਾਂਦਾ ਹੈਗਾ। ਦਿੱਲੀ ਜਾ ਕੇ 50 ਲੱਖ ਇਕੱਠਾ ਕਰਕੇ ਉਸ ਤੋਂ ਬਾਅਦ ਇੱਕ ਕੋਠੀ ਇਹ ਲੈਂਦੇ ਹੈਗੇ ਫਰੀਦਾਬਾਦ ਤੇ ਅਪਾਰਟਮੈਂਟ ਲੈਂਦੇ ਆ ਰੋਨੀ ਤੇ ਗੱਡੀਆਂ ਦੇ ਵਿੱਚ ਨਵੀਂ ਮਰੂਤੀ ਲੈਂਦੇ ਆ ਨਵੀਂ ਜੈਪਸੀ ਲੈਂਦੇ ਆ ਤੇ ਇੱਕ ਬੈਨ ਲੈਂਦੇ ਆ। ਪੂਰੀ ਤਿਆਰੀ ਐ ਵਧੀਆ ਕਰ ਲੈਂਦੇ ਆ ਕਿਉਂਕਿ ਕੰਮ ਛੋਟਾ ਨਹੀਂ ਹੁੰਦਾ ਬਹੁਤ ਵੱਡਾ ਹੁੰਦਾ ਗਾ। ਰੋਮਾਨੀਆ ਦਾ ਰਾਜ ਦੂਤ ਉਸ ਟਾਈਮ ਦਾ ਚੱਕਿਆ ਸੀਗਾ ਤੇ ਸਾਰੇ ਜਦੋਂ ਸੈਟਅਪ ਤੋਂ ਬਾਅਦ ਆ ਚੋਰ ਬਾਗ ਦੇ ਸਾਹਮਣੇ ਇੱਕ ਗਾਰਡਨ ਹੁੰਦਾ ਗਾ ਉੱਥੇ ਰਾਡੂ ਆਉਂਦਾ ਹੁੰਦਾ ਸੈਰ ਕਰਨ ਤੇ ਮਨਜਿੰਦਰ ਸਿੰਘ ਹੁਣੀ ਫਿਰ ਉਹਦੀ ਪੂਰੀ ਐਕਟੀਵਿਟੀ ਤੇ ਨਜ਼ਰ ਰੱਖਦੇ ਆ ਨਿਗਾਹ ਰੱਖਦੇ ਆ। ਬਰਕਤ ਨਾਲ ਲਾਸਟ ਤੇ ਉਹਦੇ ਨਾਲ ਆ ਜਾਂਦਾ ਗਾ ਜਿਹੜੀ ਕਲੋਨੀ ਚੋਂ ਰਾਡੂ ਚੱਕਣਾ ਹੁੰਦਾ। ਸਾਰੀ ਤਿਆਰੀ ਹੁੰਦੀ ਆ ਸਵੇਰ ਦਾ ਟਾਈਮ ਹੁੰਦਾ ਗਾ ਸਕਿਉਰਿਟੀ ਕੋਈ ਖਾਸ ਨਹੀਂ ਹੁੰਦੀ ਉਸ ਟਾਈਮ ਉਹ ਕਲੋਨੀ ਦੇ ਵਿੱਚ ਸੋਸਾਇਟੀ ਦੇ ਵਿੱਚ ਜੋਰ ਬਾਗ ਕੋਲੇ ਉਹ ਆਸੇ ਪਾਸੇ ਦਾ ਮਤਲਬ ਲੋਕ ਉਹ ਵੀ ਮਤਲਬ ਜਾਂਦੇ ਹੁੰਦੇ ਆ ਸਿਸਟਮ ਹੁੰਦਾ ਬੜੀ ਸ਼ਾਂਤੀ ਨਾਲ ਇਹ ਕੰਮ ਕਰਦੇ ਹੈਗੇ ਤੇ ਵੱਖੋ ਵੱਖਰੇ ਇਹਨਾਂ ਨੂੰ ਜਿਹੜੇ ਹੈਗੇ ਆ ਮੋਰਚੇ ਸਾਂਭ ਲੈਂਦੇ ਹੈਗੇ। ਭਾਈ ਦਇਆ ਸਿੰਘ ਜਿਹੜੇ ਲਾਹੌਰੀਏ ਹੁੰਦੇ ਆ ਉਹ ਕਲੋਨੀ ਦੇ ਗੇਟ ਹੁੰਦਾ ਗਾ ਜਿਹੜਾ ਉੱਥੇ ਮਤਲਬ ਉਹ ਖੜ ਜਾਂਦੇ ਹੈਗੇ ਵੀ ਜਦੋਂ ਗੱਡੀ ਆਊਗੀ ਇਹਨਾਂ ਨੂੰ ਸਾਰਾ ਕੁਛ ਪਤਾ ਹੁੰਦਾ ਵੀ ਉਹਦੇ ਕੋਲ ਕਿਹੜੀ ਗੱਡੀ ਆ ਕਿਵੇਂ ਨਿਕਲਦਾ ਕਿਉਂਕਿ ਐਕਟੀਵਿਟੀ ਤੇ ਪਹਿਲਾਂ ਹੀ ਨਿਗਾਹ ਰੱਖਦੇ ਹੁੰਦੇ ਆ ਵੀ ਤੂੰ ਆ ਬੈਰੀਗੇਡ ਸੱਟਦੀ। ਤੇ ਦੂਜੇ ਪਾਸੇ ਅਮਰਪਾਲ ਹੁਣੀ ਡਾਕਟਰ ਹਰੀ ਸਿੰਘ ਹੁਣੀ ਜੈਪਸੀ ਚ ਬਹਿ ਜਾਂਦੇ ਆ ਸੰਤਾਲੀਆਂ ਲੈ ਕੇ ਉਹ ਮੋਰਚੇ ਸਾਂਭ ਲੈਂਦੇ ਆ ਵੀ ਜੇ ਮੁਕਾਬਲਾ ਹੋ ਗਿਆ ਵੀ ਆਪਣੀ ਤਿਆਰੀ ਵੀ ਪੂਰੀ ਹੋਣੀ ਚਾਹੀਦੀ ਆ। ਉਵੇਂ ਹੀ ਹੁੰਦਾ ਗੱਡੀ ਆਉਂਦੀ ਆ ਤੇ ਬੈਰੀਗੇਡ ਸਿੱਟਿਆ ਜਾਂਦਾ ਹੈਗਾ ਰਾਡੂ ਦੀ ਗੱਡੀ ਰੁਕ ਜਾਂਦੀ ਆ। ਮਨਜਿੰਦਰ ਸਿੰਘ ਈਸੀ ਤੇ ਡਾਕਟਰ ਪ੍ਰੀਤਮ ਸਿੰਘ ਗੱਡੀ ਦਾ ਸ਼ੀਸ਼ਾ ਖੜਕਾਉਂਦੇ ਆ ਤੇ ਮਗਰਲੀ ਟਾਕੀ ਖੁੱਲੀ ਹੁੰਦੀ ਹੈਗੀ ਖੋਲ੍ਹ ਕੇ ਮਤਲਬ ਇਹ ਗੱਡੀ ਦੇ ਅੰਦਰ ਬਹਿ ਜਾਂਦੇ ਆ ਤੇ ਮਨਜਿੰਦਰ ਸਿੰਘ ਈਸੀ ਕਰੈਕਟਰ ਸਾਈਡ ਵੱਲ ਬਹਿ ਜਾਂਦਾ ਹੈਗਾ ਤੇ ਉੱਥੇ ਫਿਰ ਰਾਡੂ ਨੂੰ ਸਮਝਾ ਦਿੰਦੇ ਇੱਕ ਚਿੱਟ ਫੜਾ ਦਿੰਦੇ ਵੀ ਤੂੰ ਕਿਡਨੈਪ ਹੋ ਗਿਆ ਪਰ ਉਹਨੂੰ ਇਹ ਚੀਜ਼ ਪਤਾ ਨਹੀਂ ਲੱਗਦੀ ਵੀ ਇਹ ਹੋ ਕੀ ਰਿਹਾ ਹੈਗਾ। ਉਸ ਤੋਂ ਬਾਅਦ ਰਾਡੂ ਨੂੰ ਸੀਟ ਤੋਂ ਸੀਟ ਬਦਲ ਕੇ ਆਪ ਗੱਡੀ ਚਲਾਉਣ ਲੱਗ ਜਾਂਦੇ ਹੈਗੇ। ਥੋੜੀ ਦੂਰ ਆ ਕੇ ਇੱਕ ਦਿੱਲੀ ਸਟੇਡੀਅਮ ਦੇ ਕੋਲੇ ਉਹਦੀ ਗੱਡੀ ਉੱਥੋਂ ਬਦਲ ਕੇ ਰਾਡੂ ਨੂੰ ਜੈਪਸੀ ਚ ਬਿਠਾ ਕੇ ਤੇ ਉਹ ਦੂਜੀ ਗੱਡੀ ਆ ਜਿਹੜੀ ਉਹ ਪੰਜਾਬ ਰਾਡੂ ਵਾਲੀ ਹੁੰਦੀ ਉਹਨੂੰ ਪੰਜਾਬ ਭੇਜ ਦਿੰਦੇ ਤੇ ਰਾਡੂ ਨੂੰ ਇੱਕ ਸਾਧਕ ਨਗਰ ਚ ਘਰ ਹੁੰਦਾ ਉੱਥੇ ਲਿਆ ਕੇ ਰੱਖ ਲੈਂਦੇ ਹੈਗੇ। ਦੂਜੇ ਦਿਨ ਰੌਲਾ ਪੈ ਜਾਂਦਾ ਇੰਟੈਲੀਜੈਂਸਾਂ ਵੀ ਹਿੱਲ ਜਾਂਦੀਆਂ ਨੇ ਵੀ ਹੋ ਕੀ ਗਿਆ। ਮਨਜਿੰਦਰ ਸਿੰਘ ਈਸੀ ਤੇ ਦਇਆ ਸਿੰਘ ਲਾਹੌਰੀਆ ਫਿਰ ਇੱਕ ਫੋਟੋ ਵੀ ਰਿਲੀਜ਼ ਕਰਦੇ ਆ ਜਿਹੜੀ ਮੈਂ ਲਾਈ ਹੈਗੀ ਥੰਬਨੇਲ ਤੇ ਕਿਉਂਕਿ ਜ਼ਿੰਮੇਵਾਰੀਆਂ ਵੱਖੋ ਵੱਖੋ ਗਰੁੱਪ ਚੁੱਕਣ ਲੱਗ ਜਾਂਦੇ ਹੈਗੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਗਾ ਉਹ ਮੰਨ ਹੀ ਨਹੀਂ ਸਕਦੇ ਹੁੰਦੇ ਵੀ ਕਿਹੜੇ ਗਰੁੱਪ ਨੇ ਇਹ ਕੰਮ ਕੀਤਾ ਗਾ ਕਿਉਂਕਿ KLF ਹੋਰ ਕਮਾਂਡੋ ਫੋਰਸਾਂ ਕਈ ਬੜੀਆਂ ਵੀ ਸੀਗੀਆਂ ਉਦੋਂ ਤੇ ਫਿਰ ਇਹ ਫੋਟੋ ਜਦੋਂ ਰਿਲੀਜ਼ ਕਰਦੇ ਆ ਫੋਟੋ ਰਿਲੀਜ਼ ਤੋਂ ਬਾਅਦ ਇਹ ਮੰਗ ਰੱਖਦੇ ਵੀ ਅਸੀਂ ਇਹਨੂੰ ਉਹਨਾਂ ਦਾ ਮੰਤਵ ਕੋਈ ਨਹੀਂ ਹੁੰਦਾ ਇਹਨੂੰ ਨੁਕਸਾਨ ਕਰਨ ਦਾ ਰਾਡੂ ਨੂੰ ਮਾਰਨ ਦਾ। ਰਾਡੂ ਨੂੰ ਇਹ ਗੱਲ ਪਹਿਲਾਂ ਸਮਝਾ ਦਿੰਦੇ ਆ ਪਰ ਹੋਰ ਬੰਦਿਆਂ ਨੂੰ ਇਹ ਚੀਜ਼ ਨਹੀਂ ਦੱਸਦੇ ਕਿਉਂਕਿ ਜੇ ਹੋਰ ਬੰਦੇ ਨੂੰ ਇਹ ਚੀਜ਼ ਕਹਿ ਦਿੰਦੇ ਵੀ ਸਾਡਾ ਮੰਤਵ ਨਹੀਂ ਹੈਗਾ ਮਾਰਨਾ ਤਾਂ ਸ਼ਾਇਦ ਇਹਨਾਂ ਨੂੰ ਇਹ ਸੀ ਵੀ ਆਪਣੀ ਜਿਹੜੀ ਮੰਗ ਆ ਉਹ ਢਿੱਲੀ ਪੈ ਜਾਣੀ ਆ ਮੰਗ ਆਪਣੀ ਪੂਰੀ ਨਹੀਂ ਹੋਣੀ। ਤੇ ਫੋਟੋ ਰਿਲੀਜ਼ ਤੋਂ ਬਾਅਦ ਜਿਹੜੀ ਆ ਪਤਾ ਲੱਗ ਜਾਂਦਾ ਹੈਗਾ ਵੀ ਰਾਡੂ ਆ ਜਿਹੜਾ ਉਹ ਇਹਨਾਂ ਦੇ ਗਰੁੱਪ ਕੋਲ ਜਾਗਾ। ਫਿਰ ਜਦੋਂ ਪੂਰੀ ਹੋ ਜਾਂਦੀ ਹੈਗੀ ਐਕਟੀਵਿਟੀ ਜਿਹੜੀ ਹੈਗੀ ਹੈਗੀ ਇੰਟੈਲੀਜੈਂਸਾਂ ਦੀ ਪੁਲਿਸ ਦੀ ਆਰਮੀ ਦੀ ਤੇਜ਼ ਹੋ ਜਾਂਦੀ ਹੈਗੀ ਫਿਰ ਰਾਡੂ ਨੂੰ ਹਫ਼ਤੇ ਬਾਅਦ ਬਦਲ ਕੇ ਫਰੀਦਾਬਾਦ ਵਾਲੀ ਕੋਠੀ 'ਚ ਲੈ ਜਾਂਦੇ ਹੈਗੇ। ਫਿਰ ਇਹਨਾਂ ਨੇ ਜਦੋਂ ਇਹ ਪੁਲਿਸ ਨੂੰ ਫੋਨ ਕਰਦੇ ਹੁੰਦੇ ਹੈਗੇ ਉਦੋਂ ਆਹ ਮੋਬਾਇਲ ਫੋਨ ਜ਼ਿਆਦਾਤਰ ਇਹ ਸਿਸਟਮ ਤਾਂ ਹੈ ਹੀ ਨਹੀਂ ਸੀਗਾ ਤਾਂ ਜਿਵੇਂ STD ਹੋ ਗਈ ਜਾਂ ਲੈਂਡਲਾਈਨ ਨੰਬਰ ਐ ਬਦਲ ਹੁੰਦੇ ਸੀਗੇ। ਤੇ ਫਿਰ ਇੱਕ ਦਿਨ ਦਿੱਲੀ ਕਨਾਊਟ ਪਲੇਸ ਜਿਹਨੂੰ CP ਕਹਿੰਦੇ ਆ ਮਨਜਿੰਦਰ ਸਿੰਘ ਈਸੀ ਤੇ ਦੇਵਪਾਲ ਫੋਨ ਕਰਨ ਜਾਂਦੇ ਆ ਪੁਲਿਸ ਨੂੰ ਤੇ ਪੁਲਿਸ ਨਾਲ ਗੱਲ ਥੋੜੀ ਜਿਹੀ ਲੰਮੀ ਹੋ ਜਾਂਦੀ ਹੈਗੀ ਇਹਨਾਂ ਦੀ ਫੋਨ ਤੇ ਇਹ ਟਰੇਸ ਹੋ ਜਾਂਦੇ ਹੈਗੇ ਉਹ ਬੂਥ ਟਰੇਸ ਹੋ ਜਾਂਦਾ ਇਹਨਾਂ ਦਾ CP ਵਾਲਾ ਤੇ ਉਹ ਬੂਥ ਆ ਕੇ ਮੌਕੇ ਤੇ ਸਾਰੀ ਜਿਹੜੀ ਪੁਲਿਸ ਹੁੰਦੀ ਹੈ ਸਿਵਲ ਚੋਂ ਘੇਰ ਲੈਂਦੀ ਹੈਗੀ ਹੋਰ ਵੀ ਉੱਥੇ ਕਾਫੀ ਭੀੜ ਹੁੰਦੀ ਹੈ ਬਾਹਰ ਭੀੜ ਭੜੱਕਾ ਹੁੰਦਾ। ਇਹਨਾਂ ਨੂੰ ਮਨਜਿੰਦਰ ਸਿੰਘ ਈਸੀ ਡੱਬ ਚੋਂ ਪਿਸਤੌਲ ਕੱਢਦਾ ਗੋਲੀ ਚਲਾ ਦਿੰਦਾ ਤੇ ਲੋਕਾਂ ਚ ਭਗਦੜ ਮੱਚ ਜਾਂਦੀ ਆ। ਦੇਵਪਾਲ ਤੇ ਮਨਜਿੰਦਰ ਸਿੰਘ ਘੇਰਾ ਤੋੜਨ ਦੇ ਵਿੱਚ ਕਾਮਯਾਬ ਹੋ ਕੇ ਨਿਕਲ ਜਾਂਦੇ ਆ ਵੱਖੋ ਵੱਖ ਸਾਈਡਾਂ ਤੇ। ਹੁਣ ਮਨਜਿੰਦਰ ਸਿੰਘ ਈਸੀ ਨੇ ਤਾਂ ਪਿਸਤੌਲ ਸੀ ਜਿਹੜਾ ਉਹ ਡੱਬ ਚ ਹੀ ਪਾ ਲਿਆ ਮਤਲਬ ਲੋਕਾਂ ਚ ਹੀ ਰਲ ਗਿਆ। ਜਿਹੜਾ ਦੇਵਪਾਲ ਆ ਉਹ ਹਵਾਈ ਫਾਇਰ ਕਰਦਾ ਭੱਜਿਆ ਜਾਂਦਾ ਸੀ ਉਹਦੀ ਨਿਸ਼ਾਨੀ ਹੋ ਗਈ ਮਤਲਬ ਉਹ ਜਿਹੜਾ ਲੋਕਾਂ ਚ ਰਲ ਨਹੀਂ ਪਾਇਆ ਤੇ ਉਹਦੇ ਆਰਮੀ ਵਾਲੇ ਨੇ ਬ੍ਰਸਟ ਮਾਰਿਆ ਤੇ ਉੱਥੇ ਉਹ ਜਿਹੜਾ ਕਿ ਢਹਿ ਢੇਰੀ ਕਰਤਾ ਉਹਦੀ ਸ਼ਹੀਦੀ ਉੱਥੇ ਹੋ ਜਾਂਦੀ ਹੈਗੀ।
ਤੇ ਪਰਮ ਮਨਜਿੰਦਰ ਹੀ ਸੀ। ਪੁਲਿਸ ਦਾ ਘੇਰਾ ਤੋੜ ਕੇ ਕਾਮਯਾਬ ਹੋ ਜਾਂਦਾ ਗਾ ਤੇ ਆ ਜਾਂਦਾ ਗਾ ਵਾਪਸ। ਫਿਰ ਉੱਥੋਂ ਕਿਸੇ ਨਾ ਕਿਸੇ ਤਰੀਕੇ ਨਾਲ ਰਾਡੂ ਨੂੰ ਬੁਰਕਾ ਪਵਾ ਕੇ ਪੰਜਾਬ ਲੈ ਆਉਂਦੇ ਆਗੇ, ਕਾਫੀ ਨਾਕੇ ਤੋੜਦੇ ਆਗੇ। ਜਾਣੀ ਕਿ ਮੈਂ ਤੁਹਾਨੂੰ ਦੱਸਿਆ ਵੀ ਸਟੋਰੀ ਬਹੁਤ ਲੰਬੀ ਹੋ ਜਾਣੀ ਹੈਗੀ। ਪੰਜਾਬ ਚ ਲੁਧਿਆਣੇ ਵੀ ਰੱਖਦੇ ਆ, ਲੁਧਿਆਣੇ ਤੋਂ ਬਾਅਦ ਰਾਡੂ ਨੂੰ ਜਲੰਧਰ ਵੀ ਰੱਖਦੇ ਆਗੇ। ਅੱਛਾ ਇਹ ਵੀ ਗੱਲ ਆ ਗਈ ਵੀ ਰਾਡੂ ਵੀ ਇਹਨਾਂ ਦੇ ਵਿੱਚ ਇੰਨਾ ਘੁਲ ਮਿਲ ਗਿਆ ਸੀਗਾ ਨਾ, ਕਿਉਂਕਿ ਉਹਦਾ ਜਿਹੜੀ ਉਹਦੀ ਖਾਦ ਖੁਰਾਕ ਸੀ ਇਹਨਾਂ ਨੇ ਉਹ ਵੀ ਪੂਰੀ ਰੱਖੀ। ਵੀ ਜਿਵੇਂ ਹੁਣ ਗਏ ਮੰਨ ਕੇ ਚੱਲੋ ਉਹ ਸਮੋਕਿੰਗ ਵੀ ਕਰਦਾ ਸੀਗਾ, ਉਹ ਵੀ ਇਹਨੂੰ ਲਿਆ ਕੇ ਦਿੰਦੇ ਸੀਗੇ, ਜੋ ਸ਼ਰਾਬ ਵੀ ਪੀਂਦਾ ਸੀ ਉਹ ਵੀ ਉਹਨੂੰ ਲਿਆ ਕੇ ਦਿੰਦੇ ਸੀਗੇ। ਵੀ ਮਤਲਬ ਉਹਨਾਂ ਨੇ ਕਿਸੇ ਵੱਲੋਂ ਘਾਟ ਨੀ ਪੂਰੀ ਹੋਣ ਦਿੱਤੀ, ਉਹਨੂੰ ਕੋਈ ਨਾ ਕੋਈ ਪ੍ਰੋਬਲਮ ਸੀ, ਉਹਦੀ ਦਵਾਈ ਵੀ ਲਿਆ ਗਿਆ। ਹਾਂ ਸਰਕਾਰ ਸੀ ਜਿਹੜੀ ਉਹ ਮਾਰਨਾ ਚਾਹੁੰਦੀ ਸੀਗੀ ਰਾਡੂ ਨੂੰ। ਉਹਦਾ ਕਾਰਨ ਕੀ ਸੀ ਵੀ ਇਹਨਾਂ ਦਾ ਜਿਹੜਾ ਨਾਮ ਬਦਨਾਮ ਹੋਵੇ, ਅਕਸ਼ ਜਿਹੜਾ ਇਹਨਾਂ ਦਾ ਬਦਨਾਮ ਹੋਵੇ। ਪਰ ਇਹ ਇਹਨਾਂ ਦਾ ਸੀਗਾ ਜਿਹੜਾ ਵੀ ਅਸੀਂ ਬੇਦੋਸ਼ੇ ਨੂੰ ਸਿਰਫ ਅਸੀਂ ਆਪਦੇ ਕੰਮ ਲਈ ਚੱਕਿਆ ਗਾ, ਵੀ ਇਹਨੂੰ ਜੇ ਸਿੱਖੇ ਸੁੱਖੇ ਜਿੰਦੇ ਦੀ ਰਿਹਾਈ ਹੋ ਗਈ ਉਦੋਂ ਬਾਅਦ ਆਪਾਂ ਛੱਡ ਦੇਣਾ ਗਾ। ਪਰ ਸਰਕਾਰ ਨੇ ਜਿਹੜਾ ਇਹ ਫੈਸਲਾ ਗਾ ਮੰਨਿਆ ਨੀ ਗਾ। ਕੁਛ ਮਹੀਨਿਆਂ ਬਾਅਦ ਫਿਰ ਸਾਰੇ ਬੰਦਿਆਂ ਨੇ ਜਿਹੜੀ ਰਾਇ ਕਰਕੇ ਵੀ ਇਹਨੂੰ ਇਹਦਾ ਉਹ ਹੁਣ ਆਪਾਂ ਇਹਨੂੰ ਛੱਡ ਦਈਏ, ਬਹੁਤ ਟਾਈਮ ਹੋ ਗਿਆ ਰੱਖ ਲਿਆ। ਤੇ ਰਾਡੂ ਨੂੰ ਫਿਰ ਜਲੰਧਰੋਂ ਦਿੱਲੀ ਵਾਲੀ ਜਿਹੜੀ ਹੈਗੀ ਉਹ ਟ੍ਰੇਨ ਬਿਠਾ ਦਿੰਦੇ ਆ ਤੇ ਉਹ ਆਪਦੇ ਪਰਿਵਾਰ ਕੋਲੇ ਚਲਿਆ ਜਾਂਦਾ ਗਾ। ਇਹ ਇੱਕ ਟਾਈਮ ਤਾਂ ਇੱਕ ਵਾਰ ਤਾਂ ਇਹ ਵੀ ਗੱਲ ਮਨਜਿੰਦਰ ਸਿੰਘ ਈਸੀ ਨੇ ਆਪਦੇ ਮੂੰਹੋਂ ਦੱਸੀ ਆ ਵੀ ਇੱਕ ਵਾਰ ਰਾਡੂ ਨੂੰ ਕੋਠੀ ਦੇ ਵਿੱਚ ਅਸੀਂ ਇਕੱਲੇ ਜਿੰਦਾ ਲਾ ਕੇ 5 ਦਿਨ ਵਗ ਗਏ। ਮੈਂ ਪੰਜਾਬ ਆ ਗਿਆ, ਹੋਰ ਬੰਦੇ ਵੱਖੋ ਵੱਖ ਸਾਈਡ ਨਿਕਲ ਗਏ। ਜਦੋਂ ਮੈਂ ਆ ਕੇ ਦੇਖਿਆ ਵੀ ਕੋਈ ਉਹਨੇ ਰੌਲਾ ਨੀ ਪਾਇਆ, 5-6 ਦਿਨਾਂ ਬਾਅਦ ਕੁਛ ਨੀ ਕੀਤਾ, ਇਕੱਲੇ ਟੀਵੀ ਦੇਖੀ ਜਾਵੇ। ਵੀ ਉਹ ਮਤਲਬ ਉਹ ਸਮਝ ਗਿਆ ਸੀ ਵੀ ਜਿਹੜਾ ਇਹ ਸੰਘਰਸ਼ ਲੜ ਰਹੇ ਆ ਇਹ ਆਪਦੀ ਜਗ੍ਹਾ ਤੇ ਸਹੀ ਆ। ਤੇ ਉਸ ਤੋਂ ਬਾਅਦ ਜਿਹੜਾ ਰਾਡੂ ਨੇ ਬਿਆਨ ਦਿੱਤੇ ਸੀਗੇ ਵੀ ਇਹ ਮੁਕੱਦਮਾ ਤਾਂ ਬਹੁਤ ਵੱਡਾ ਬਣ ਸਕਦਾ ਸੀ, ਬਰੀ ਕਿਵੇਂ ਹੋਏ ਮਨਜਿੰਦਰ ਸਿੰਘ ਈਸੀ ਇਹਦੇ ਵਿੱਚੋਂ, ਵੀ ਬਿਆਨਾਂ ਦੇ ਵਿੱਚ ਜਿਹੜਾ ਹੈਗਾ ਰਾਡੂ ਨੇ ਲਿਖਿਆ ਸੀਗਾ ਵੀ ਜਿਹੜਾ ਭੂਸਣ ਹੈਗਾ, ਕਿਉਂਕਿ ਭੂਸਣ ਹੀ ਮਨਜਿੰਦਰ ਈਸੀ ਹੈ, ਕਾਫੀ ਟਾਈਮ ਬਾਅਦ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਉਹ ਗੁੱਡ ਮੈਨ ਆ, ਗੁੱਡ ਡਰਾਈਵਰ ਆ, ਉਹਨੇ ਮੇਰੀ ਕੇਅਰ ਕੀਤੀ, ਕਾਫੀ ਗੱਲਾਂ ਮਤਲਬ ਇਹਨਾਂ ਦੇ ਹੱਕ 'ਚ ਲਿਖੀਆਂ ਸੀਗੀਆਂ। ਇਸ ਕਰਕੇ ਇਹਨਾਂ 'ਤੇ ਉਹ ਚਾਰਜਸ ਫਿਰ ਲੱਗੇ ਨਹੀਂ ਸੀਗੇ, ਉਹ ਰਿਜੈਕਟ ਹੋ ਗਏ ਸੀ ਚਾਰਜਸ। ਵੀ ਮਾਸਟਰ ਮਾਈਂਡ ਮਨਜਿੰਦਰ ਈਸੀ ਬਹੁਤ ਸੀਗੇ, ਇੱਕ ਵਾਰ ਵੀ ਗੱਲ ਕਰਨ ਦਾ ਵੀ ਢੰਗ ਬਹੁਤ ਸੀਗਾ, ਬਹੁਤ ਠਰਮੇ ਵਾਲੇ ਠੰਡੇ ਮਤੇ ਵਾਲੇ ਮਤਲਬ ਇਨਸਾਨ ਆ। ਅੱਜ ਵੀ ਸਿਹਤਮੰਦ ਨੇ, ਸਹੀ ਸਲਾਮਤ ਨੇ, ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਆ ਜੇ ਬੰਦੇ ਨੂੰ, ਕਿਉਂਕਿ ਇਹਨਾਂ ਨੇ ਨਿੱਜ ਦੀ ਜਿਹੜੀ ਲੜਾਈ ਆ ਉਹ ਲੜਾਈ ਨਹੀਂ ਲੜੀ। ਇਹ ਵੀ ਨਹੀਂ ਹੈਗਾ ਵੀ ਕਿਸੇ ਨੂੰ ਫਸਾ ਕੇ ਆਪ, ਜਿਵੇਂ ਅੱਜ ਕੱਲ੍ਹ ਦੇ ਬਾਬੇ ਆ ਗਏ, ਠੀਕ ਹੈ ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰਦਾ, ਮੈਂ ਜਾਇਜ਼ ਗੱਲ ਕਹਿ ਰਿਹਾ ਹੈਗਾ। ਅਤੇ ਇੱਕ ਵਾਰ ਦੀ ਹੋਰ ਗੱਲ ਆ, ਤੁਹਾਨੂੰ ਇੱਕ ਕਹਾਣੀ ਹੋਰ ਸੁਣਾ ਦਿੰਦਾ ਮਿਲੀ ਵੀ ਇਹਨਾਂ ਦੇ ਇਹਨਾਂ ਦੀ ਹੋਈ। ਕੋਈ ਪੁਲਿਸ ਦਾ ਟਾਊਟ ਸੀਗਾ, ਉਹਨੇ ਸਿੰਘ ਸ਼ਹੀਦ ਕਰਾਤੇ ਸੀ ਅਤੇ ਉਹ ਪੁਲਿਸ ਕੋਲੇ ਸੀ ਅਤੇ ਪੁਲਿਸ ਤੋਂ ਇਹ ਮੰਗ ਰਹੇ ਸੀਗੇ, ਇਹ ਦੇ ਨਹੀਂ ਸੀ ਪੁਲਿਸ ਇਹਨਾਂ ਨੂੰ, ਉਹ ਟਾਊਟ ਇਹਨਾਂ ਦੇ ਹਵਾਲੇ ਨਹੀਂ ਸੀ, ਕੈਟ ਜਿਹਨੂੰ ਆਪਾਂ ਕਹਿ ਦਿੰਦੇ ਇਹਨਾਂ ਨੂੰ ਦਿੰਦੇ ਸੀ ਪੁਲਿਸ। ਮਨਜਿੰਦਰ ਸਿੰਘ ਈਸੀ ਨੇ ਇੱਕ ਪੁਲਿਸ ਵਾਲੇ ਦੇ ਉੱਚੇ ਵਧੀਆ ਪੱਧਰ ਦੇ ਮਤਲਬ ਅਫਸਰ ਦਾ ਭਾਣਜਾ ਚੱਕ ਲਿਆ ਸਿੰਘ, ਤੇ ਸਿੰਘ ਨੇ ਸਿੰਘ ਜਦੋਂ ਚੱਕਿਆ ਤੇ ਉਧਰੋਂ ਪੁਲਿਸ ਵਾਲਿਆਂ ਨੇ ਮਨਜਿੰਦਰ ਈਸੀ ਦਾ ਸੀਗਾ ਜਿਹੜਾ ਭਰਾ ਚੱਕ ਲਿਆ, ਤੇ ਮਨਜਿੰਦਰ ਸਿੰਘ ਈਸੀ ਨੂੰ ਇਹ ਗੱਲ ਦਾ ਪਤਾ ਨਹੀਂ ਸੀਗਾ ਵੀ ਮੇਰਾ ਭਰਾ ਚੱਕ ਲਿਆ। ਚੱਲ ਇਹਨੇ ਤਾਂ ਨੋਰਮਲੀ ਪੁਲਿਸ ਵਾਲਿਆਂ ਨੂੰ ਫੋਨ ਲਾਇਆ ਤੇ ਮੁਲਾਜ਼ਮ ਕਹਿੰਦਾ ਵੀ ਹਾਂ ਵੀ ਕੌਣ ਬੋਲਦਾ, ਕਹਿੰਦਾ ਮੈਂ ਭੂਸਣ ਬੋਲਦਾ, ਕਹਿੰਦਾ ਮੂਹਰੋਂ ਪੁਲਿਸ ਵਾਲੇ ਦੇ ਜਿਹੜੇ ਬਿਆਨ ਸੀ, ਕਹਿੰਦਾ ਹਾਂ ਮਨਜਿੰਦਰ ਕੀ ਹਾਲ ਆ। ਤੇ ਇਹਨੇ ਫਿਰ ਗੱਲ ਕਹੀ ਦੂਜੀ ਵੀ ਹਾਲ ਠੀਕ ਹੈ ਵੀ ਤੁਸੀਂ ਉਹ ਜਿਹੜਾ ਤੁਹਾਡੇ ਤੋਂ ਅਸੀਂ ਬੰਦਾ ਮੰਗਦੇ ਅਸੀਂ ਬੰਦਾ ਦੇ ਦਿਓ ਸਾਡਾ। ਤੇ ਮੁਲਾਜ਼ਮ ਮੂਹਰੋਂ ਕਹਿੰਦਾ ਕਹਿੰਦਾ ਮਨਜਿੰਦਰ ਈਸੀ ਤੇਰਾ ਭਰਾ ਸਾਡੇ ਕੋਲ ਆ, ਤੈਨੂੰ ਤੇਰੇ ਭਰਾ ਨਾਲ ਪਿਆਰ ਨਹੀਂ। ਜਦੋਂ ਇਹ ਗੱਲ ਕਹੀ ਫਿਰ ਬੜੀ ਚੜ੍ਹਦੀ ਗੱਲਾਂ 'ਚ ਮਨਜਿੰਦਰ ਸਿੰਘ ਈਸੀ ਨੇ ਜਵਾਬ ਦਿੱਤਾ ਵੀ ਚਲੋ ਜੇ ਤੁਸੀਂ ਮੇਰਾ ਭਰਾ ਚੱਕ ਲਿਆ ਹੁਣ ਤੁਸੀਂ ਇਹ ਦੱਸੋ ਵੀ ਤੁਸੀਂ ਸ਼ੁਰੂ ਕਰੋਗੇ ਕਿ ਪਹਿਲਾਂ ਮੈਂ ਸ਼ੁਰੂ ਕਰਾਂ। ਉਹ ਕਹਿੰਦੇ ਮਤਲਬ ਕੀ, ਮਤਲਬ ਇਹ ਆ ਵੀ ਜੇ ਤੂੰ ਮੇਰਾ ਭਰਾ ਮਾਰੇਗਾ, ਜਿੰਨਾ ਮੈਨੂੰ ਮੇਰੇ ਭਰਾ ਮਰੇ ਦਾ ਦੁੱਖ ਹੋਊ, ਓਨਾ ਹੀ ਮੈਨੂੰ ਤੇਰੇ ਭਾਣਜੇ ਮਰੇ ਦਾ ਵੀ ਦੁੱਖ ਹੋਊ, ਵੀ ਜੇ ਮੈਂ ਤੇਰਾ ਭਾਣਜਾ ਮਾਰਨ ਖਾਤਰ ਨਹੀਂ ਚੱਕਿਆ, ਮੈਂ ਉਹਦਾ ਬੰਦਾ ਲੈਣ ਖਾਤਰ ਚੱਕਿਆ। ਤੇ ਫਿਰ ਉਹ ਮੁਲਾਜ਼ਮ ਪੁਲਿਸ ਵਾਲਾ ਫੋਨ ਤੇ ਰੋ ਪੈਂਦਾ ਗਾ, ਉਹ ਕਹਿੰਦਾ ਵੀ ਇਹੋ ਜਿਹਾ ਕੰਮ ਨਾ ਕਰਿਓ, ਅਸੀਂ ਤੁਹਾਨੂੰ ਕੱਲ ਨੂੰ ਬੰਦਾ ਦੇ ਦਾਂਗੇ ਤੁਹਾਨੂੰ ਉਹ ਟਾਊਟ। ਤੇ ਦੂਸਰੇ ਦਿਨ ਉਹ ਬੰਦਾ ਵੀ ਦਿੱਤਾ ਜਾਂਦਾ ਗਾ ਮਨਜਿੰਦਰ ਸਿੰਘ ਈਸੀ ਨੂੰ, ਤੇ ਮੁਲਾਜ਼ਮ ਗਿਫਟ ਦੇ ਵਿੱਚ 4 AK ਵੀ ਦੇ ਕੇ ਗਏ ਉਹਨਾਂ ਨੂੰ 47। ਤੇ ਬਾਅਦ ਚੋਂ ਮਨਜਿੰਦਰ ਸਿੰਘ ਈਸੀ ਉਹਨਾਂ ਨੂੰ ਕਹਿੰਦਾ ਵੀ ਇਹ ਤਾਂ ਮੈਨੂੰ ਲੋੜ ਹੀ ਨਹੀਂ ਸੀ, ਸਾਡੇ ਕੋਲ ਬਥੇਰੀਆਂ ਨੇ, ਉਹ ਕਹਿੰਦੇ ਸਾਡੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਗਿਫਟ ਦਿੱਤਾ। ਹੁਣ ਮਨਜਿੰਦਰ ਸਿੰਘ ਈਸੀ ਦਾ ਜਿਹੜਾ ਕਰੈਕਟਰ ਆ
ਉਹ ਫਿਲਮਾਂ 'ਚ ਵੀ ਦਿਖਾਇਆ ਗਾ। ਫਿਲਮਾਂ 'ਚ ਕਿਵੇਂ ਦਿਖਾਇਆ ਗਾ, ਬਾਵੇ ਦੀ ਮੂਵੀ ਆਈ ਹੈ ਤੂਫਾਨ ਸਿੰਘ, ਉਹਦੇ ਵਿੱਚ ਇੱਕ ਸੀਨ ਆ ਕੂਲਰ ਦੇ ਵਿੱਚ ਫਿੱਟ ਕਰਕੇ ਆਉਂਦੇ ਹੁੰਦੇ ਹੈਗੇ ਇਹ ਬੰਬ, ਅਤੇ ਉਹ ਵੀ ਜਿਹੜਾ ਐਕਸ਼ਨ ਸੀਗਾ ਉਹਦੀ ਜਿਹੜੀ ਜ਼ਿੰਮੇਵਾਰੀ ਐਕਸ਼ਨ ਦੀ ਭਾਈ ਜਗਰਾਜ ਸਿੰਘ ਤੂਫਾਨ ਨੇ ਲਈ ਸੀ, ਪਰ ਉਹ ਮਨਜਿੰਦਰ ਸਿੰਘ ਈਸੀ ਹੋਣਾ ਨੇ ਹੋਰ ਸਾਥੀਆਂ ਨਾਲ ਮਿਲ ਕੇ ਕੀਤਾ ਸੀ। ਅਤੇ ਜਿਹੜੀ ਬੱਬੂ ਮਾਨ ਦੀ ਹਵਾਏ ਮੂਵੀ ਆ ਅਮਿਤੋਜ ਮਾਨ ਦੀ, ਜਿਹਦੇ ਵਿੱਚ ਉਹ ਕਰਦੇ ਹੁੰਦੇ ਆ ਕਿ ਮਤਲਬ ਕਿਡਨੈਪ ਕਰਦੇ ਹੁੰਦੇ ਅਰਮਾਨੀਆ ਦਾ ਦਿਖਾਇਆ ਗਾ ਰਾਜਦੂਤ ਸਟੀਫਨ, ਉਹ ਅਸਲ ਦੇ ਵਿੱਚ ਭਾਈ ਮਨਜਿੰਦਰ ਸਿੰਘ ਈਸੀ ਨੇ ਕਰਿਆ ਸੀਗਾ ਇਹਨਾਂ ਨੇ। ਅਤੇ ਅੱਜ ਵੀ ਮਤਲਬ ਭਾਈ ਸਾਹਿਬ ਸਿਹਤਮੰਦ ਨੇ ਵਧੀਆ, ਵੀ ਐਕਸ਼ਨ ਤਾਂ ਇਹਨਾਂ ਨੇ ਬਹੁਤ ਕੀਤੇ ਆ, ਵੀ ਉਹ ਸਟੋਰੀ ਬਹੁਤ ਲੰਬੀ ਹੋ ਜਾਣੀ ਆ, ਬਹੁਤ ਚੜ੍ਹਦੀ ਕਲਾ ਵਾਲੇ ਸਿੰਘ ਆ। ਭਾਈ ਮਨਜਿੰਦਰ ਸਿੰਘ ਈਸੀ ਫਿਰ ਕਾਫੀ ਟਾਈਮ ਭਗੌੜਾ ਰਹਿੰਦੇ ਆ, ਭਗੌੜਾ ਰਹਿਣ ਤੋਂ ਬਾਅਦ 97 ਦੇ ਵਿੱਚ ਇਹ 97 ਤੋਂ 99 ਦੇ ਵਿੱਚ ਇਹ ਮਤਲਬ ਪੇਸ਼ ਹੋ ਜਾਂਦੇ ਹੈਗੇ। ਫਿਰ ਇਹ 2003 ਦੇ ਵਿੱਚ ਇਹ ਜਮਾਨਤ 'ਤੇ ਆਉਂਦੇ ਆ, ਅਤੇ 2008-10 ਦੇ ਕਰੀਬ ਇਹਨਾਂ ਦੇ ਕੇਸ ਬਰੀ ਹੁੰਦੇ ਆ। ਮਤਲਬ ਇਹਨਾਂ ਦਾ ਜਿਹੜਾ ਸੰਘਰਸ਼ ਆ 16-17 ਸਾਲ ਦਾ ਸੰਘਰਸ਼ ਆ, ਵੀ ਇੱਕ ਆਰਮੀ ਦੇ ਵਿੱਚ ਨੌਕਰੀ ਕਰਨ ਵਾਲਾ ਮਤਲਬ ਮੁੰਡਾ ਕਹਿ ਲਓ ਬੰਦਾ ਕਹਿ ਲਓ, ਫਿਰ ਕਿੱਧਰੋਂ ਨੂੰ ਤੁਰਦਾ ਗਿਆ, ਵੀ ਕਈ ਵਾਰ ਮਜ਼ਬੂਰੀ ਵੀ ਬਣ ਜਾਂਦੀ ਆ। ਪਰ ਇਹਨਾਂ ਨੇ ਆਪਦੀ ਇੰਟਰਵਿਊ ਦੇ ਵਿੱਚ ਇਹ ਗੱਲ ਦੱਸੀ ਆ ਵੀ ਕੋਈ ਨਜਾਇਜ਼ ਬੰਦੇ ਦਾ ਨੁਕਸਾਨ ਨਹੀਂ ਕੀਤਾ, ਕਿਸੇ ਵੀ ਨਜਾਇਜ਼ ਬੰਦੇ ਦਾ ਨੁਕਸਾਨ ਨਹੀਂ ਕੀਤਾ। ਹਾਲਾਂਕਿ ਜਿਹੜੇ ਜਿਹੜੇ ਬੰਦਿਆਂ ਨੇ ਸੰਘਰਸ਼ ਦੇ ਵਿੱਚ ਨਜਾਇਜ਼ ਪੈਸਾ ਇਕੱਠਾ ਕੀਤਾ, ਜਿਵੇਂ ਅੱਜ ਵੀ ਕਈ ਲੋਕ ਕਰਦੇ ਆ, ਜਾਂ ਨਜਾਇਜ਼ ਬੰਦਿਆਂ ਦਾ ਨੁਕਸਾਨ ਕੀਤਾ, ਉਹਨਾਂ ਦੀ ਖਿਲਾਫੀਅਤ ਹੀ ਇਹਨਾਂ ਨੇ ਕੀਤੀ ਆ। ਕਹਿੰਦਾ ਵੀ ਕਈ ਬੰਦਿਆਂ ਦਾ ਜਿਨ੍ਹਾਂ ਦਾ ਮੈਨੂੰ ਪਤਾ ਲੱਗਿਆ ਸੀ ਉਹ ਬੰਦੇ ਹੀ ਕੱਟਦੇ ਸੀਗੇ, ਸੰਪਰਕ ਹੀ ਤੋੜ ਲਿਆ ਸੀ। ਅਤੇ ਜਦੋਂ ਇਹਨਾਂ ਨੂੰ ਇਹ ਵੀ ਸਵਾਲ ਪੁੱਛਿਆ ਸੀਗਾ ਵੀ ਤੁਸੀਂ ਇਹ ਮੂਵਮੈਂਟ ਜਿਹੜੀ ਚਲਾਈ ਸੀ ਉਹ ਖੱਟਿਆ ਕੀ, ਤਾਂ ਫਿਰ ਬੜਾ ਇਹਨਾਂ ਨੇ ਵਧੀਆ ਜਵਾਬ ਦਿੱਤਾ ਸੀ ਵੀ ਅਸੀਂ ਖੱਟਿਆ, ਅਸੀਂ ਆਜ਼ਾਦੀ ਲੈਣ ਗਏ ਸੀ, ਕੁਛ ਖੱਟਣ ਨਹੀਂ ਸੀ ਗਏ, ਕੁਛ ਕਮਾਉਣ ਨਹੀਂ ਸੀ ਗਏ। ਉਹੀ ਗੱਲ ਵੀ ਨਿੱਜ ਦੀ ਲੜਾਈ ਮਿਲੇ ਵੀ ਹਾਂ ਅਸੀਂ ਆਜ਼ਾਦੀ ਨਹੀਂ ਦਵਾ ਸਕੇ, ਪਰ ਅਸੀਂ ਖੱਟਣ ਨਹੀਂ ਸੀ ਗਏ।